नमस्कार, आप देख रहे हैं पल पल। पंजाब हरियाणा के अनेक नगरों में बाढ़ की स्थिति गंभीर हो गई है। जहां यमुना में बाढ़ आ जाने के कारण यमुना के साथ लगते हरियाणा व दिल्ली के अनेक क्षेत्रों में बाढ़ आ गई है, वहीं पंजाब में भाखड़ा से पानी छोड़ने के कारण अनेक क्षेत्रों में लोगों की समस्याएँ बढ़ गई हैं। यहाँ तक कि अम्बाला में हाईवे पर पानी आ गया है। और इसी के साथ देखते रहिए पल पल की एक खास रिपोर्ट। ਇੰਨੀ ਦੂਰ ਪਾਣੀ ਖੁੱਲਦਾ ਫਲੱਡ ਗੇਟ ਤੋਂ, ਇੰਨਾ ਮਤਲਬ ਕਿ ਫਾਰਾ ਹੈ ਉਹਦਾ ਡੈਮ ਖੁੱਲ੍ਹੇ ਡੈਮ ਡੈਮ ਵਾਲੇ। ਹਾਂਜੀ, 6 ਗੇਟ ਇੱਕ ਖੁੱਲ੍ਹੇ ਪਏ, 4 ਗੇਟ ਇੱਕ ਖੁੱਲ੍ਹੇ ਪਏ। ਉਹਦੇ 'ਚ ਪਾਣੀ ਇੰਨਾ, ਕਹਿੰਦਾ ਜਲ ਸਥਾਰ ਵਧਿਆ ਵਾ ਵੀ ਹੋ ਸਕਦਾ ਇਹ। ਅੱਛਾ, ਪਾਣੀ ਜ਼ਿਆਦਾ ਹੋ ਜਾਂਦਾ ਤਾਂ ਟੁੱਟਣ ਉਹਨੂੰ ਨੁਕਸਾਨ ਹੋਣ ਦਾ ਖਤਰਾ ਹੈ ਡੈਮ ਡੈਮ ਉਹਨੂੰ ਬਚਾਉਣਾ ਵੀ ਜਾਣਾ ਡੈਮ ਦਾ ਵੀ। ਹਾਂਜੀ, ਡੈਮ ਦਾ ਬਚਾਉਣਾ ਵੀ ਜਾਣਾ ਸਾਰਿਆਂ ਨੂੰ, SSP, DC, DIG ਸਾਰਿਆਂ ਨੂੰ ਅਲੋਟ ਕਰਤਾ ਵੀ ਤੁਸੀਂ ਆਪਣਾ ਤਿਆਰ ਹੋ। ਇੰਨਾ ਵੀ ਪੰਜਾਬ ਦਾ ਪਿਆ ਨਹੀਂ ਯਾਰ, ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਨੈੱਟ 'ਤੇ ਗਿਆ, TV 'ਚ ਗਿਆ, ਅਲਾਟ ਕਰਤਾ ਬਤਾਈ ਇਹਨਾਂ। ਨਹੀਂ, ਪੰਜਾਬ 'ਚ ਨਾ ਮੀਂਹ ਪਿਆ ਨਹੀਂ, ਪਾਣੀ ਕਿੱਥੋਂ ਆ ਕੇ ਆ ਜਾਂਦਾ। ਹਾਂ, ਕੱਲ੍ਹ ਵਾਲੀ ਮੀਂਹ ਪੱਕ ਰਿਹਾ, ਜ਼ਿਆਦਾ ਉੱਪਰ ਮੀਂਹ ਪੈਂਦਾ ਰਿਹਾ ਹਿਮਾਚਲ 'ਚ। ਹਿਮਾਚਲ 'ਚ ਜਾ ਰਿਹਾ, ਪੰਜਾਬ 'ਚ ਮੀਂਹ ਪਿਆ ਹੀ ਕੱਲ੍ਹ ਆਪਣੇ ਕੋਲ। ਆਪਣਾ ਨੇਪਾਲ ਵੱਲ 'ਤੇ ਆਉਂਦਾ ਨਾ ਜੀ, ਲੇਹ ਤੋਂ ਆਉਂਦਾ ਹੈ ਸਤਲੁਜ। ਅੱਛਾ, ਉਹਨਾਂ ਨੇ ਨੇਪਾਲ ਵਾਲਿਆਂ ਨੇ ਗੇਟ ਖੋਲ੍ਹ ਕੇ। ਅੱਛਾ ਅੱਛਾ, ਬਸ ਬੋਲ ਬੋਲ।